ਸਤਿ ਸ਼੍ਰੀ ਅਕਾਲ ਜੀ। ਬੀਤੀ ਸ਼ਾਮ ਨੰਗਲ ਸ਼ਹਿਰ ਦੇ ਵਿੱਚ ਇੱਕ ਬੜੀ ਹੀ ਮੰਦਭਾਗੀ ਘਟਨਾ। ਸਾਡਾ ਭਰਾ, ਸਾਡਾ ਹੋਣਹਾਰ ਵੀਰ ਵਿਕਾਸ ਪ੍ਰਭਾਕਰ, ਜੋ ਵਿਸ਼ਵ ਹਿੰਦੂ ਪਰਿਸ਼ਦ ਦਾ ਆਗੂ ਵੀ ਸੀ, ਉਸਦਾ ਕਤਲ ਕਰ ਦਿੱਤਾ ਗਿਆ। ਇਹ ਬੜੀ ਹੀ ਮੰਦਭਾਗੀ ਦੁੱਖਦੇਈ ਘਟਨਾ ਹੈ। ਪਰ ਮੈਂ ਆਪ ਸਭ ਨੂੰ ਇੱਕ ਗੱਲ ਬੜੇ ਹੀ ਦਾਅਵੇ ਨਾਲ ਅਤੇ ਵਿਸ਼ਵਾਸ ਦਵਾਉਂਦਾ ਹਾਂ, ਮੇਰੀ ਕੱਲ੍ਹ ਰਾਤ ਤੋਂ DGP ਪੰਜਾਬ ਪੁਲਿਸ ਅਤੇ ਪੁਲਿਸ ਦੇ ਵੱਖ ਵੱਖ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਹੋ ਰਹੀ ਹੈ। ਜੋ ਕੋਈ ਵੀ ਦੋਸ਼ੀ ਹਨ, ਜੋ ਕੋਈ ਵੀ ਇਸ ਦੇ ਮਾਸਟਰ ਮਾਈਂਡ ਹਨ, ਉਹ ਬਖਸ਼ੇ ਨਹੀਂ ਜਾਣਗੇ। ਹੁਣ ਸਿਰਫ ਕੁਛ ਸਮੇਂ ਦੀ ਗੱਲ ਹੈ, ਉਹ ਆਪਣਾ ਇੰਜਾਮ ਭੁਗਤਣ ਦੇ ਲਈ ਤਿਆਰ ਹੋਣ। ਇਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਹੈ, ਇਹ ਸਾਡੇ ਨੰਗਲ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਹੈ। ਉਹ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ। ਵਿਕਾਸ ਸਾਡਾ ਭਰਾ, ਅਸੀਂ ਸਾਡੇ ਪਾਰਟੀਆਂ ਵੱਖ ਹੋ ਸਕਦੀਆਂ, ਵਿਚਾਰਕ ਮਤਭੇਦ ਹੋ ਸਕਦੇ ਆ, ਪਰ ਜਦੋਂ ਵੀ ਸਾਡੇ ਸ਼ਹਿਰ ਦੀ ਗੱਲ ਆਵੇ ਅਸੀਂ ਇੱਕ ਹਾਂ, ਸਾਡੇ ਸੂਬੇ ਦੀ ਗੱਲ ਆਵੇ, ਸਾਡੇ ਦੇਸ਼ ਦੀ ਗੱਲ ਆਵੇ, ਅਸੀਂ ਇੱਕ ਹਾਂ। ਇਸ ਦੁੱਖ ਦੀ ਘੜੀ ਦੇ ਵਿੱਚ ਮੈਂ, ਸਾਡੇ ਸਾਰੇ ਸਾਥੀ, ਅਸੀਂ ਵਿਕਾਸ ਦੇ ਪਰਿਵਾਰ ਦੇ ਨਾਲ ਚਟਾਨ ਵਾਂਗ ਖੜ੍ਹੇ ਹਾਂ। ਉਹ ਸਾਡਾ ਆਪਣਾ ਪਰਿਵਾਰ ਹੈ, ਸਾਡੀਆਂ ਸਾਂਝਾਂ ਨੇ, ਰੇਲਵੇ ਰੋਡ ਦਾ ਸਾਡਾ ਪਰਿਵਾਰ ਹੈ, ਅਤੇ ਜਿੰਨੇ ਵੀ ਸਾਹ, ਜਿੰਨੇ ਵੀ ਸਵਾਸ ਮਹਾਂਮਾਈ ਨੇ ਬਖਸ਼ੇ ਹੈ, ਸਾਰੀ ਉਮਰ ਅਸੀਂ ਇਸ ਪਰਿਵਾਰ ਦੇ ਨਾਲ, ਸਾਡਾ ਆਪਣਾ ਪਰਿਵਾਰ ਹੈ, ਉਹਨਾਂ ਦੇ ਨਾਲ ਖੜ੍ਹੇ ਹਾਂ, ਅਤੇ ਉਹਨਾਂ ਦਾ ਪੂਰਨ ਵਿਸ਼ਵਾਸ ਦਵਾਉਂਦਾ ਆਪ ਨੂੰ ਪੂਰਨ ਇਨਸਾਫ ਮਿਲੂਗਾ। ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਆਪਾਂ ਆਪਸੀ ਭਾਈਚਾਰਾ ਅਤੇ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣਾ ਹੈ, ਕਿਉਂਕਿ ਜੋ ਕੋਈ ਵੀ ਵਿਕਾਸ ਦੇ ਕਾਤਿਲ ਹਨ, ਉਹਨਾਂ ਦਾ ਅਸਲ ਮਨਸੂਬਾ ਇਹ ਵੀ ਸੀ ਕਿ ਆਪਸੀ ਭਾਈਚਾਰਾ ਅਤੇ ਅਮਨ ਸ਼ਾਂਤੀ ਜਿਹੜੀ ਹੈ, ਇਸ ਨੂੰ ਭੰਗ ਕੀਤਾ ਜਾ ਸਕੇ। ਇਸ ਕਰਕੇ ਆਪਾਂ ਕਾਤਲਾਂ ਦੇ ਜਿਹੜੇ ਮਨਸੂਬੇ ਉਹ ਕਾਮਯਾਬ ਨਹੀਂ ਹੁੰਦੇ ਨੇ। ਅਸੀਂ ਆਪਸੀ ਭਾਈਚਾਰਾ ਬਰਕਰਾਰ ਰੱਖਣਾ, ਪੁਲਿਸ ਆਪਣਾ ਕੰਮ ਕਰ ਰਹੀ ਹੈ, ਅਤੇ ਬਹੁਤ ਜਲਦੀ ਜਿਹੜੇ ਦੋਸ਼ੀ ਹੈ ਉਹ ਸਲਾਖਾਂ ਵਿੱਚ। ਸਤਿ ਸ਼੍ਰੀ ਅਕਾਲ ਜੀ। ਬੀਤੀ ਸ਼ਾਮ ਨੰਗਲ ਸ਼ਹਿਰ ਦੇ ਵਿੱਚ ਇੱਕ ਬੜੀ ਹੀ ਮੰਦਭਾਗੀ ਘਟਨਾ। ਸਾਡਾ ਭਰਾ, ਸਾਡਾ ਹੋਣਹਾਰ ਵੀਰ ਵਿਕਾਸ ਪ੍ਰਭਾਕਰ, ਜੋ ਵਿਸ਼ਵ ਹਿੰਦੂ ਪਰਿਸ਼ਦ ਦਾ ਆਗੂ ਵੀ ਸੀ, ਉਸਦਾ ਕਤਲ ਕਰ ਦਿੱਤਾ ਗਿਆ। ਇਹ ਬੜੀ ਹੀ ਮੰਦਭਾਗੀ ਦੁੱਖਦੇਈ ਘਟਨਾ ਹੈ। ਪਰ ਮੈਂ ਆਪ ਸਭ ਨੂੰ ਇੱਕ ਗੱਲ ਬੜੇ ਹੀ ਦਾਅਵੇ ਨਾਲ ਅਤੇ ਵਿਸ਼ਵਾਸ ਦਵਾਉਂਦਾ ਹਾਂ, ਮੇਰੀ ਕੱਲ੍ਹ ਰਾਤ ਤੋਂ DGP ਪੰਜਾਬ ਪੁਲਿਸ ਅਤੇ ਪੁਲਿਸ ਦੇ ਵੱਖ ਵੱਖ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਹੋ ਰਹੀ ਹੈ। ਜੋ ਕੋਈ ਵੀ ਦੋਸ਼ੀ ਹਨ, ਜੋ ਕੋਈ ਵੀ ਇਸ ਦੇ ਮਾਸਟਰ ਮਾਈਂਡ ਹਨ, ਉਹ ਬਖਸ਼ੇ ਨਹੀਂ ਜਾਣਗੇ। ਹੁਣ ਸਿਰਫ ਕੁਛ ਸਮੇਂ ਦੀ ਗੱਲ ਹੈ, ਉਹ ਆਪਣਾ ਇੰਜਾਮ ਭੁਗਤਣ ਦੇ ਲਈ ਤਿਆਰ ਹੋਣ। ਇਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਹੈ, ਇਹ ਸਾਡੇ ਨੰਗਲ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਹੈ। ਉਹ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ। ਵਿਕਾਸ ਸਾਡਾ ਭਰਾ, ਅਸੀਂ ਸਾਡੇ ਪਾਰਟੀਆਂ ਵੱਖ ਹੋ ਸਕਦੀਆਂ, ਵਿਚਾਰਕ ਮਤਭੇਦ ਹੋ ਸਕਦੇ ਆ, ਪਰ ਜਦੋਂ ਵੀ ਸਾਡੇ ਸ਼ਹਿਰ ਦੀ ਗੱਲ ਆਵੇ ਅਸੀਂ ਇੱਕ ਹਾਂ, ਸਾਡੇ ਸੂਬੇ ਦੀ ਗੱਲ ਆਵੇ, ਸਾਡੇ ਦੇਸ਼ ਦੀ ਗੱਲ ਆਵੇ, ਅਸੀਂ ਇੱਕ ਹਾਂ। ਇਸ ਦੁੱਖ ਦੀ ਘੜੀ ਦੇ ਵਿੱਚ ਮੈਂ, ਸਾਡੇ ਸਾਰੇ ਸਾਥੀ, ਅਸੀਂ ਵਿਕਾਸ ਦੇ ਪਰਿਵਾਰ ਦੇ ਨਾਲ ਚਟਾਨ ਵਾਂਗ ਖੜ੍ਹੇ ਹਾਂ। ਉਹ ਸਾਡਾ ਆਪਣਾ ਪਰਿਵਾਰ ਹੈ, ਸਾਡੀਆਂ ਸਾਂਝਾਂ ਨੇ, ਰੇਲਵੇ ਰੋਡ ਦਾ ਸਾਡਾ ਪਰਿਵਾਰ ਹੈ, ਅਤੇ ਜਿੰਨੇ ਵੀ ਸਾਹ, ਜਿੰਨੇ ਵੀ ਸਵਾਸ ਮਹਾਂਮਾਈ ਨੇ ਬਖਸ਼ੇ ਹੈ, ਸਾਰੀ ਉਮਰ ਅਸੀਂ ਇਸ ਪਰਿਵਾਰ ਦੇ ਨਾਲ, ਸਾਡਾ ਆਪਣਾ ਪਰਿਵਾਰ ਹੈ, ਉਹਨਾਂ ਦੇ ਨਾਲ ਖੜ੍ਹੇ ਹਾਂ, ਅਤੇ ਉਹਨਾਂ ਦਾ ਪੂਰਨ ਵਿਸ਼ਵਾਸ ਦਵਾਉਂਦਾ ਆਪ ਨੂੰ ਪੂਰਨ ਇਨਸਾਫ ਮਿਲੂਗਾ। ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਆਪਾਂ ਆਪਸੀ ਭਾਈਚਾਰਾ ਅਤੇ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣਾ ਹੈ, ਕਿਉਂਕਿ ਜੋ ਕੋਈ ਵੀ ਵਿਕਾਸ ਦੇ ਕਾਤਿਲ ਹਨ, ਉਹਨਾਂ ਦਾ ਅਸਲ ਮਨਸੂਬਾ ਇਹ ਵੀ ਸੀ ਕਿ ਆਪਸੀ ਭਾਈਚਾਰਾ ਅਤੇ ਅਮਨ ਸ਼ਾਂਤੀ ਜਿਹੜੀ ਹੈ, ਇਸ ਨੂੰ ਭੰਗ ਕੀਤਾ ਜਾ ਸਕੇ। ਇਸ ਕਰਕੇ ਆਪਾਂ ਕਾਤਲਾਂ ਦੇ ਜਿਹੜੇ ਮਨਸੂਬੇ ਉਹ ਕਾਮਯਾਬ ਨਹੀਂ ਹੁੰਦੇ ਨੇ। ਅਸੀਂ ਆਪਸੀ ਭਾਈਚਾਰਾ ਬਰਕਰਾਰ ਰੱਖਣਾ, ਪੁਲਿਸ ਆਪਣਾ ਕੰਮ ਕਰ ਰਹੀ ਹੈ,
ਬਹੁਤ ਜਲਦੀ ਜਿਹੜੇ ਦੋਸ਼ੀ ਹੈ ਉਹ ਸਲਾਖਾਂ ਪਿੱਛੇ।